ਆਖਦੀ ਤੜਕੇ ਵੀ ਗਈ ਵੀ ਤੇਰੀ ਬੇਬੇ। ਅੱਛਾ ਅੱਛਾ, ਮੈਂ ਸੁਣੂਗੀ ਖੜ ਕੇ ਵੱਲੇ ਤੇ ਤੂੰ ਮਾੜਾ ਜਾ। ਅੱਛਾ ਸਿਖਾਤੀ, ਮੈਂ ਸੈਟਿੰਗ ਪੂਰੀ ਕਰਤੀ। ਨੈਲੇ ਉਹ ਨੈਲੇ ਆ ਜਾਓ ਵੀ, ਆ ਜਾਓ। ਨਾਲੇ ਉੱਠੀ ਰਾ। ਹਾਂ ਜੀ, ਉਹ ਚੜੋ ਫੜੋ। ਤੈਨੂੰ ਕਿੰਨੇ ਕਿਹਾ ਸੀ, ਤੈਨੂੰ ਕਿੰਨੇ ਕਿਹਾ ਸੀ ਉੱਤੇ ਚੜੋ। ਉਸਤਾਦ ਆ ਤੁਹਾਡਾ ਮੈਂ। ਉਸਤਾਦ ਜੀ ਗਲਤੀ ਹੋ ਗਈ, ਗਲਤੀ ਹੋ ਗਈ ਉਸਤਾਦ ਜੀ। ਪਹਿਲਾਂ ਗਲਤੀਆਂ ਕਰਦੇ, ਮਾਫੀਆਂ ਮੰਗ ਲਿਆ। ਬੈਠੋ ਉਸਤਾਦ ਜੀ, ਆ ਲਿਓ। ਹੁਣ ਅਸੀਂ ਤੁਹਾਨੂੰ ਆਸ਼ਕੀ ਦਾ ਪਹਿਲਾ ਸਬਕ ਸਿਖਾਈਏ, ਕਿਉਂਕਿ ਸਾਡੇ ਵੀ ਅੱਗੇ ਉਸਤਾਦ ਨੇ, ਠੀਕ ਹੈ ਨਾ। ਅੱਛਾ, ਪਹਿਲਾ ਸਬਕ ਇਹ ਹੈ ਕਿ ਮਹੱਲੇਦਾਰੀ ਚ ਆਸ਼ਕੀ ਨਹੀਂ ਕਰਨੀ, ਠੀਕ ਹੈ। ਮਹੱਲੇਦਾਰੀ ਚ ਨਹੀਂ ਕਰਨੀ, ਰਿਸ਼ਤੇਦਾਰਾਂ ਚ ਨਹੀਂ ਕਰਨੀ, ਆਪਣੇ ਵਿਹੜੇ ਚ ਨਹੀਂ ਕਰਨੀ। ਅੱਛਾ, ਤੇ ਜੇ ਕਰਨੀ ਹੈ ਤੇ ਫਿਰ ਮਤਲਬ ਢੰਗ ਸਿਰ ਕਰਨੀ, ਕਿਸੇ ਨੂੰ ਪਤਾ ਨਾ ਲੱਗੇ। ਜਿਵੇਂ ਤੁਹਾਡੀ ਬੇਬੇ, ਮਤਲਬ ਮੇਰਾ ਮਤਲਬ ਕਿ ਜਿਵੇਂ ਤੁਹਾਡੀ ਬੇਬੇ ਸਾਡੀ ਮਾਂ ਹੈ, ਉਹਦੀ ਇੱਜ਼ਤ ਕਰੋ, ਠੀਕ ਹੈ। ਅੱਛਾ, ਹੁਣ ਗੱਲ ਇਹ ਹੈ ਕਿ ਆਸ਼ਕੀ ਕਰਨੀ ਕਿੱਦਾਂ। ਅੱਛਾ, ਉਹਦੀਆਂ ਜ਼ਰੂਰਤਾਂ ਵੇਖੋ ਕੀ ਹੈ ਆਸ਼ਕੀ ਕਰਨ ਵਾਸਤੇ। ਦੱਸੋ ਉਸਤਾਦ ਜੀ। ਘਰ ਵਿੱਚ ਟੈਲੀਫੋਨ ਜ਼ਰੂਰ ਲੱਗਾ ਹੋਣਾ ਚਾਹੀਦਾ। ਟੈਲੀਫੋਨ? ਹਾਂਜੀ, ਉਹ ਤਾਂ ਸਾਡੇ ਲੱਗਾ ਨਹੀਂ। ਓਹੋ ਯਾਰ, ਉਹ ਟੈਲੀਫੋਨ ਦੀ ਕਿਹੜੀ ਗੱਲ ਹੈ, ਕਿਸੇ ਪੀਸੀਓ ਵਾਲੇ ਨਾਲ ਸੈਟਿੰਗ ਕਰ ਲਓ, ਨਾਲੇ ਉਹਦਾ ਬਿੱਲ ਜ਼ਿਆਦਾ ਬਣੇਗਾ, ਨਾਲੇ ਤੁਹਾਡੀਆਂ ਗੱਲਾਂ ਹੋਣਗੀਆਂ, ਨਾਲੇ ਨਾ ਕੋਈ ਫਿਕਰ ਨਾ ਕੋਈ ਫਾਕਾ, ਅੰਦਰ ਉਹਨਾਂ ਨੇ ਕੈਬਨ ਬਣਾਏ ਹੁੰਦੇ ਨੇ, ਜਿੰਨੀਆਂ ਮਰਜ਼ੀ ਗੱਲਾਂ ਕਰੋ, ਠੀਕ ਹੈ ਕਿ ਨਹੀਂ। ਅੱਛਾ, ਮੰਨ ਲੈ ਕਿ ਤੇਰੇ ਸਾਹਮਣੇ ਕੁੜੀ ਆ ਗਈ ਹੈ, ਕੁੜੀ ਮੈਂ ਆ, ਤੇ ਤੂੰ ਕਿਸ ਤਰ੍ਹਾਂ ਸੈਟਿੰਗ ਕਰੇਗਾ, ਠੀਕ ਹੈ। ਹਾਂ, ਮੈਂ ਕੁੜੀ ਬਣਾ, ਉੱਠ। ਅਸੀਂ ਉਸਤਾਦ ਆ ਤੇ ਹੁਣ ਫਿਰ ਸਾਰੀ ਸੈਟਿੰਗ ਕਰਨੀ ਪੈਣੀ, ਠੀਕ ਹੈ। ਮੰਨ ਲੈ ਮੈਂ ਕੁੜੀ ਆ ਤੇ ਤੂੰ ਕਿਸ ਤਰ੍ਹਾਂ, ਤੂੰ ਪਰਾਂ ਮੂੰਹ ਕਰ, ਇੱਕ ਵਾਲੇ ਪਾਸੇ ਦੋ ਦੋਵਾਂ ਨੇ ਨਹੀਂ ਪੈਣਾ, ਫਿਰ ਦੋਵਾਂ ਦਾ ਕੰਮ ਨਹੀਂ ਜੇ ਬਣਨਾ, ਠੀਕ ਹੈ, ਠੀਕ ਹੈ। ਹਾਂਜੀ, ਮੈਂ ਸੁਣੂ, ਪਹਿਲੇ ਇਹਦੇ ਹੱਥ ਫੜ ਲੈ, ਤੁਹਾਨੂੰ ਮੈਂ ਕਰਕੇ ਦਿਖਾਉਣਾ ਏ ਯਾਰ, ਤੂੰ ਪਹਿਲਾਂ ਉਹਦੀ ਵਾਰੀ। ਅੱਛਾ, ਮੰਨ ਲੈ ਕਿ ਮੈਂ ਕੁੜੀ ਹਾਂ, ਠੀਕ ਹੈ, ਤੇ ਹੁਣ ਮੈਂ ਬਾਜ਼ਾਰ 'ਚ ਜਾ ਰਹੀ ਹਾਂ ਤੇ ਤੂੰ ਮੈਨੂੰ ਸੈੱਟ ਕਰਨਾ, ਕਿੱਦਾਂ ਕਰ, ਕਦੀ ਕੀਤੀ ਵੈਸੇ ਨਹੀਂ? ਹਾਂ, ਬਹੁਤ ਵਾਰੀ। ਤੇ ਫਿਰ ਮੈਨੂੰ ਉਸਤਾਦ ਕਾਹਲੀ ਬਣਾਇਆ? ਨਹੀਂ, ਮਤਲਬ ਕਿ ਤੂੰ ਪਿੱਛੇ ਨਾ ਭੁੱਲ ਜਾ ਸਭ ਕੁਝ, ਨਵੇਂ ਸਿਰੇ, ਠੀਕ ਹੈ, ਠੀਕ ਹੈ। ਕੁੜੀ ਦੀਆਂ ਲੱਤਾਂ ਨੇ ਫੜੀ ਦੀਆਂ ਉਸਤਾਦ ਜੀ ਦੀਆਂ ਫੜੀਆਂ। ਅੱਛਾ, ਫਿਰ ਠੀਕ ਹੈ। ਅੱਛਾ, ਠੀਕ ਹੈ, ਹੁਣ ਮੰਨ ਲਾ ਕਿ ਮੈਂ ਕੁੜੀ ਹਾਂ, ਹੈ ਠੀਕ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਭੈਣ ਜੀ। ਕਿਸੇ ਜਵਾਨ ਕੁੜੀ ਨੂੰ ਭੈਣ ਕਹਿਣਾ ਪਤਾ ਕਿੰਨਾ ਪਾਪ ਲੱਗਦਾ। ਹਟ ਪਿੱਛੇ ਭੈਣ ਜੀ, ਹਟ ਜਾ ਪਿੱਛੇ, ਤੂੰ ਫੇਲ ਹੈਗਾ ਬਾਜ਼ਾਰ 'ਚ। ਮੈਨੂੰ ਪਤਾ ਸੀ ਇਹ ਫੇਲ ਹੋ ਜੂਗਾ ਰਾਜ। ਹਾਂ, ਉੱਠ, ਚੱਲ ਹੁਣ ਤੇਰੀ ਵਾਰੀ। ਹਾਂ, ਠੀਕ ਹੈ, ਠੀਕ ਹੈ। ਯਾਰ ਤੂੰ ਤਮਾਕੂ ਜਾ ਖਾਣ ਡਿਆ, ਕੁੜੀ ਸੈੱਟ ਹੋ ਜਾਏਗੀ। ਉਹ ਨਹੀਂ, ਮੈਂ ਇਸ਼ਾਰਾ ਟਾਈਪ ਫੀਲਿੰਗ।
ਨਾਲ ਚੰਗਾ ਲੱਗਦਾ ਕਿਹੋ ਜਿਹਾ ਕੰਮ ਕਰਨਾ ਦੁਬਾਰਾ? ਕੀ ਇੱਕ ਨੰਬਰ ਕਹਿਣ ਡਿਆ? ਕੀ ਕਹਿਣ ਡਿਆ ਯਾਰ ਤੂੰ? ਉਹ ਮੈਂ ਕਹਿਣ ਡਿਆ, ਮੈਂ ਕਿ ਤੁਸੀਂ ਦੋਵੇਂ ਫੇਲ ਹੋ ਇਧਰ ਭਜੋ, ਮੈਂ ਆਪੇ ਸੈੱਟ ਕਰ ਲਾਂਗਾ ਜਿਹਨੂੰ ਕਰਨਾ ਹੈਗਾ। ਸਾਹਮਣੇ ਵਾਲੀ ਸਤਾਜ ਜੀ ਗੱਲਬਾਤ ਚੱਲ ਸਰ। ਕਾਮਯਾਬ ਨਜ਼ਰ ਆਏਗਾ। ਵੈਸੇ ਕਿਸੇ ਨੂੰ ਨੀ ਪਤਾ ਤੁਸੀਂ ਮੇਰੇ ਉਸਤਾਦ ਹੋ ਆਸ਼ਕੀ ਚ, ਇਸ ਵਿਹੜੇ ਚ ਕਿਸੇ ਨੂੰ ਨੀ ਪਤਾ, ਪਤਾ ਸਾਨੂੰ ਦੋਵਾਂ ਨੂੰ ਹੈ। ਪਰ ਅੱਜ ਮੈਂ ਆਪ ਉਸਤਾਦ ਬਣ ਗਿਆ ਮਹਿਲੇ ਫੈਲੇ ਦਾ। ਉਸਤਾਦ ਬਣ ਗਿਆ ਆਸ਼ਕੀ ਚ? ਆਸ਼ਕੀ ਚ ਉਸਤਾਦ ਬਣ ਗਿਆ? ਹਾਂਜੀ। ਸਾਈਕਲ ਰੱਖ ਕੇ ਆਓ, ਲਓ ਇੱਧਰ ਰੱਖ ਨਾ ਆਪਣੇ ਵਾਲੇ ਪਾਸੇ। ਅੱਜ ਕਾਕਾ ਤੂੰ ਬੇਰ ਖਾ ਬਈ, ਚਲੋ ਕਿੱਥੇ ਵੜ ਗਿਆ? ਜਾਨ ਬਾਹਰ ਕੱਢ ਕੇ ਲੈ ਜਾ ਮਾਂ। ਏ ਮਾਂ ਸਾਈਕਲ ਆਤਾ ਜੀ ਅੰਦਰ, ਇੱਥੇ ਬਹਿ ਜਾ। ਮਾਂ ਕਿਵੇਂ ਆ ਹੁਣ? ਮਾਂ ਨੂੰ ਹੈ ਤੇਰਾ ਬੇੜਾ ਤਾਜੇ ਤੇਰਾ, ਤੂੰ ਮਾਂ ਦੇ ਮੋਹਰੇ ਬਹਿ ਕੇ ਆਸ਼ਕੀ ਸਿਖਾਉਣ ਡਿਆ? ਤੇ ਉਹਨਾਂ ਨੂੰ ਕਿਹੜਾ ਪਤਾ ਲੱਗਦਾ? ਉਹਨੂੰ ਸਾਰਾ ਸਮਝ ਆ ਗਈ, ਕਹਿੰਦੀ ਮੈਨੂੰ ਵੀ ਸਿਖਾਓ। ਉਹ ਤੁਹਾਡੇ ਮਤਲਬ ਦੀ ਚੀਜ਼ ਨਹੀਂ ਹੈਗੀ ਮਾਂ, ਤੇਰੇ ਮਤਲਬ ਦੀ ਨਹੀਂ। ਜਦੋਂ ਇਹੋ ਜਿਹੀਆਂ ਗੱਲਾਂ ਹੋਣ ਨਾ ਕੰਮ ਦੀਆਂ, ਉਦੋਂ ਅੰਦਰ ਚਲ ਜਾਈਦਾ। ਚਲੋ ਥੱਲੇ ਥੱਲੇ, ਹੁਣ ਤੁਹਾਡਾ ਸ਼ਾਗਿਰਦ ਲੱਗਦਾ ਕਾਮਯਾਬ ਹੋਣ ਡਿਆ। ਅੱਛਾ ਹਾਂਜੀ, ਉਹ ਕਿਵੇਂ? ਨਹਿਲਾ ਦਹਿਲਾ ਸ਼ਾਗਿਰਦ ਪੈ ਗਏ ਨੇ ਆਸ਼ਕੀ ਚ, ਹੁਣ ਆਪਾਂ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਮੈਨੂੰ ਠੱਗਦੇ, ਮੇਰਾ ਮਤਲਬ ਜੋ ਕਹਿੰਦੇ ਹੋ ਕਰਦਾ, ਪੈਰ ਘੁੱਟਦਾ, ਅੱਜ ਕੱਲ੍ਹ ਉਹ ਆਪਣੀਆਂ ਲੱਤਾਂ ਘੁੱਟਦੇ ਆ। ਖਤਮ ਹੋ ਗਿਆ ਆਸਾ, ਇੰਨਾ ਹੀ ਸੀ। ਮੇਰੀ ਬੇਇੱਜ਼ਤੀ ਹੋ ਗਈ, ਮੇਰੀ ਬੇਇੱਜ਼ਤੀ ਹੋ ਗਈ, ਮੇਰੀ ਬੇਇੱਜ਼ਤੀ ਹੋ ਗਈ। ਕਮਾਲ ਯਾਰ, ਝਾੜੂ ਲਓਗੇ, ਸਫਾਈ ਸਫਾਈ ਕਰ ਦੋ। ਕੀ ਮਤਲਬ ਡੱਬੂ? ਨੌਕਰ ਤੁਹਾਡਾ ਪਹਿਲਾਂ, ਬਾਕੀ ਉਧਰ ਛੱਡੋ ਤੁਸੀਂ, ਉਹਦੇ ਵੈਸੇ ਤਨਖਾਹ ਤੇ ਰੱਖਿਆ, ਤਨਖਾਹ ਕਦੀ ਮਿਲਦੀ ਨੀ। ਡੱਬੂ ਇੱਕ ਗੱਲ ਤਾਂ ਦੱਸ। ਮੈਂ ਕਿਹਾ ਦੋ ਪੁੱਛੋ। ਇਹ ਨਹਿਲਾ ਦਹਿਲਾ ਤੈਨੂੰ ਕੀ ਕਹਿੰਦੇ ਸੀ? ਮੇਰੇ ਬਾਰੇ ਪੁੱਛਦੇ ਸੀ ਨਾ? ਉਹ ਪੁੱਛਣ ਨਾ ਪੁੱਛਣ, ਤੁਸੀਂ ਕਿਉਂ ਪੁੱਛਣ ਡਏ? ਨਹੀਂ ਉਹਦਾ ਡੱਬੂ, ਹੋਰ ਮੈਂ ਭਾਪੇ ਨੂੰ ਜਾ ਕੇ ਪੁੱਛਾਂ, ਤੇਰੇ ਤੋਂ ਨਾ ਪੁੱਛਾਂ ਦੇ, ਦੱਸ ਨਾ। ਇਹੋ ਜੀ ਗੱਲ ਹੈ ਨਾ, ਚਲੋ ਫਿਰ ਇਧਰੋਂ ਆਪਾਂ ਇਧਰ ਸ਼ੁਰੂ ਹੋ ਜਾਂਦੇ ਹਾਂ। ਨਹੀਂ ਡੱਬੂ ਜੀ, ਡੱਬੂ ਜੀ। ਹਾਂਜੀ ਦੱਸ ਨਾ, ਇੱਥੇ ਵੜ ਕੇ ਭਾਵੇਂ ਨਾ ਤੁਸੀਂ ਮੈਨੂੰ 15 ਵਾਰੀ ਪੁੱਛੋ,
ਡੱਬੂ ਹਾਂਜੀ ਨਾਲਾ ਦਿਲਾ ਕੀ ਕਹਿੰਦੇ ਸੀ ਦੱਸਦਾ ਫਿਰ ਹਾਂ ਮੈਂ ਉਹਨੂੰ ਬੁਲਾਵਾ ਇੱਥੇ ਹਾਂ ਵੇਖ ਲਓ ਰੁਕ ਜਾ ਹਾਂ ਬੁਲਾ ਲੈ ਬੁਲਾ ਲੈ ਪਰ ਮੇਰੀ ਗੱਲ ਨਹੀਂ ਹੋਣੀ ਚਾਹੀਦੀ ਕਿਤੇ ਨਹੀਂ ਹੁੰਦੀ ਨਹੀਂ ਹੁੰਦੀ ਠੀਕ ਹੈ ਹਾਂ ਨਹੀਂ ਹੁੰਦੀ ਵਹਿ ਪਾਪਾ ਦਾ ਨਹੀਂ ਵਹਿ ਗੱਲ ਸੁਣ ਲਓ ਮੇਰੀ ਹੈਗੇ ਬੜੇ ਤਕੜੇ ਆਸ਼ਿਕ ਜੇ ਬੰਦੇ ਮਾੜੇ ਜੇ ਮੁੜ ਕੇ ਕੱਲ ਨੂੰ ਨੁਕਸਾਨ ਹੋ ਗਿਆ ਸਾਡਾ ਕੋਈ ਜੁਮਾਨ ਜੀ ਤੇਰੇ ਕਹਿਣ ਦਾ ਕੀ ਮਤਲਬ ਹੈ ਮਤਲਬ ਹੈ ਕਿ ਤੁਹਾਨੂੰ ਪਤਾ ਜਿਹੋ ਜੀ ਉਹਦੀ ਮਾਂ ਉਹੋ ਜਿਹੇ ਅੱਗੋਂ ਮੁੰਡੇ ਮੈਂ ਤੇ ਮਜਬੂਰੀ 'ਚ ਨੌਕਰੀ ਕਰਨ ਡਿਆ ਮੈਨੂੰ ਮੇਰਾ ਬਸ ਚੱਲੇ ਇੱਕ ਮਿੰਟ 'ਚ ਮੈਂ ਤੁਹਾਡੇ ਵਾਲੇ ਪਾਸੇ ਆਇਆ ਨੌਕਰੀ ਕਰਨ ਤਨਖਾਹ ਵੀ ਨਹੀਂ ਲੈਣੀ ਕੁੜੀਆਂ ਵੱਲੋਂ ਤਾਂ ਵੈਸੇ ਹੀ ਮੈਂ ਫ੍ਰੀ ਆ ਜਾਂਦਾ ਡੱਬੂ ਤੂੰ ਕਿੰਨਾ ਚੰਗਾ ਹੈ ਡੱਬੂ ਮੈਂ ਸ਼ੁਰੂ ਤੋਂ ਹੀ ਚੰਗਾ ਤੁਸੀਂ ਕਦੀ ਮੇਰੇ ਵੱਲ ਵੇਖਿਆ ਹੀ ਨਹੀਂ ਹਾਂ ਡੱਬੂ ਬੁਲਾ ਦਾ ਨਾਲੇ ਦਾਲੇ ਨੂੰ ਫੇਰ ਮੈਂ ਕਹਾਂ ਚੰਗਾ ਆਈ ਕਿਉਂ ਡੱਬੂ ਚਲੋ ਠੀਕ ਹੈ ਭੇਜ ਦੇਣਾ ਅੱਗੋਂ ਵੇਖ ਲਿਓ ਆਪੇ ਨਾਲੇ ਓ ਡਾਲੇ